સબસ્ક્રાઇબ કરો NC7 ન્યૂઝ નું તે લેટેસ્ટ અપડેટ પણ લઈ પ્રેસ કરો બેલ આઇકન. ਪੰਜਾਬ ਚ ਕੋਰੋਨਾ ਵਾਇਰਸ ਦੇ 38 ਮਾਮਲੇ ਸਾਹਮਣੇ ਆ ਚੁੱਕੇ ਨੇ। ਸੂਬੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਰੀਜ਼ ਨਵਾਂ ਸ਼ਹਿਰ ਚ ਨੇ। ਇੱਥੇ ਬਹੁਤ ਸਾਰੇ ਲੋਕ ਕੋਰੋਨਾ ਪਾਜ਼ਿਟਿਵ ਬਲਦੇਵ ਸਿੰਘ ਦੇ ਸੰਪਰਕ ਚ ਆਏ ਸਨ, ਜਿਸ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਸੀ। ਪੰਜਾਬ ਚ ਕਰਫਿਊ ਦਾ 6ਵਾਂ ਦਿਨ ਹੈ। ਸੂਬੇ ਚ 2 ਮਰੀਜ਼ ਸਿਹਤ ਯਾਬ ਵੀ ਹੋ ਗਏ ਨੇ। ਦੇਸ਼ ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਰੀਜ਼ ਕੇਰਲਾ ਚ ਨੇ। ਇੱਥੇ 176 ਲੋਕ ਕੋਰੋਨਾ ਪੀੜਿਤ ਨੇ। ਚੰਗੀ ਗੱਲ ਇਹ ਹੈ ਕਿ ਇੱਥੇ ਕਿਸੇ ਵੀ ਕੋਰੋਨਾ ਨਾਲ ਮੌਤ ਨਹੀਂ ਹੋਈ ਹੈ ਅਤੇ 11 ਲੋਕ ਸਿਹਤਯਾਬ ਵੀ ਹੋ ਗਏ ਨੇ। ਦੂਜੇ ਨੰਬਰ ਤੇ ਮਹਾਰਾਸ਼ਟਰ ਹੈ, ਜਿੱਥੇ 156 ਲੋਕ ਕੋਰੋਨਾ ਪੀੜਿਤ ਨੇ। ਇਸੇ ਤਰ੍ਹਾਂ ਕਰਨਾਟਕ 64, ਤੇਲੰਗਾਨਾ 59, ਰਾਜਸਥਾਨ 50, ਯੂਪੀ 49, ਗੁਜਰਾਤ 47, ਰਾਜਧਾਨੀ ਦਿੱਲੀ ਚ 40, ਤਮਿਲਨਾਡੂ 38, ਹਰਿਆਣਾ 33, ਮੱਧ ਪ੍ਰਦੇਸ਼ 29, ਜੰਮੂ ਕਸ਼ਮੀਰ 20, ਬੰਗਾਲ 15, ਆਂਧਰਾ ਪ੍ਰਦੇਸ਼ 13, ਲਦਾਖ 13, ਬਿਹਾਰ 9, ਚੰਡੀਗੜ੍ਹ 8, ਅੰਡੇਮਾਨ ਐਂਡ ਨਿਕੋਬਾਰ ਆਈਲੈਂਡ 6, ਛੱਤੀਸਗੜ੍ਹ 6, ਉੱਤਰਾਖੰਡ 5, ਗੋਆ 3, ਹਿਮਾਚਲ ਪ੍ਰਦੇਸ਼ 3, ਉੜੀਸਾ 3, ਮਨੀਪੁਰ, ਮਿਜ਼ੋਰਮ ਅਤੇ ਪੌਂਡੀਚੇਰੀ ਚ 1-1 ਮਾਮਲਾ ਹੈ। ਵਿਸ਼ਵ ਪੱਧਰ ਤੇ ਗੱਲ ਕਰੀਏ ਤਾਂ ਦਸੰਬਰ ਵਿਚ ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ 181 ਦੇਸ਼ਾਂ ਵਿਚ 597,267 ਕੇਸ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਚੋਂ 27,365 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 133,363 ਲੋਕ ਠੀਕ ਵੀ ਹੋਏ ਨੇ। ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। 27 ਸਾਲਾ ਵਿਅਕਤੀ ਜਲੰਧਰ ਵਿਚ ਕੋਰੋਨਾ ਵਾਇਰਸ ਦਾ ਪੀੜਤ ਨਿਕਲਿਆ ਹੈ। ਇਹ ਵਿਅਕਤੀ ਬਲਦੇਵ ਸਿੰਘ ਦੇ ਰਿਸ਼ਤੇਦਾਰ ਦਾ ਬੇਟਾ ਹੈ। ਉਸਦੇ ਬਾਕੀ ਭਰਾਵਾਂ ਦੇ ਟੈਸਟ ਨੈਗੇਟਿਵ ਆਏ ਨੇ, ਹਾਲਾਂਕਿ ਉਸਦੇ ਚਾਚੇ ਦੀ ਟੈਸਟ ਰਿਪੋਰਟ ਉਡੀਕੀ ਜਾ ਰਹੀ ਹੈ। 27 ਸਾਲਾ ਲੜਕਾ ਆਪਣੇ ਭਰਾ, ਪਿਤਾ, ਮਾਂ ਤੇ ਚਾਚੇ ਨਾਲ ਜਲੰਧਰ ਦੇ ਸਿਵਲ ਹਸਪਤਾਲ ਵਿਚ ਅਲੱਗ ਅਲੱਗ ਨੇ। ਇਸ ਦੇ ਨਾਲ ਜਲੰਧਰ ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ। ਪੰਜਾਬ ਵਿਚ ਮਾਰਚ ਦੇ ਮਹੀਨੇ ਵਿਚ ਲਗਭਗ 94,000 NRI ਵਿਦੇਸ਼ ਯਾਤਰਾ ਕਰਕੇ ਵਾਪਸ ਪਰਤੇ ਨੇ। ਇਨ੍ਹਾਂ ਵਿਚੋਂ ਲਗਭਗ 30,000 ਲੋਕਾਂ ਦਾ ਪਤਾ ਲਾਇਆ ਗਿਆ ਹੈ। ਇਨ੍ਹਾਂ ਨੂੰ ਰਾਜ ਸਰਕਾਰ ਨੇ ਸਵੈ ਇਕਲਤਾ ਲਈ ਭੇਜਿਆ ਹੈ। ਇਸ ਦੇ ਨਾਲ ਹੀ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਰਾਜ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 38 ਤੱਕ ਪਹੁੰਚ ਗਈ ਹੈ। ਚੰਡੀਗੜ੍ਹ ਵਿਚ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਨੇ। ਉਸੇ ਸਮੇਂ ਨਵਾਂ ਸ਼ਹਿਰ ਵਿਚ 1 ਬਜ਼ੁਰਗ ਵਿਅਕਤੀ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਨੇ ਦੁਨੀਆ ਦੇ 1/3 ਦੇਸ਼ ਨੂੰ ਤਾਲਾਬੰਦੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਦੇਸ਼ ਦੇ 2,799 ਲੋਕਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆ ਵਿਚ ਐਮਰਜੈਂਸੀ ਵਰਗੇ ਹਾਲਾਤ ਦੇਖੇ ਜਾ ਸਕਦੇ ਨੇ। ਇੱਥੇ ਸੈਲਾਨੀਆਂ ਨੂੰ ਪਾਰਕਾਂ ਖਾਲੀ ਕਰਕੇ ਘਰ ਜਾਣ ਲਈ ਕਿਹਾ ਗਿਆ ਹੈ। ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਛੱਡ ਕੇ ਸਭ ਜਗ੍ਹਾ ਤਾਲਾਬੰਦੀ ਦੀ ਸਥਿਤੀ ਹੈ। ਮਹਾਮਾਰੀ ਕਾਰਨ ਆਸਟ੍ਰੇਲੀਆ ਦੀ ਸੰਸਦ ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਮੇਂ ਸਿਰ ਕਿਰਾਇਆ ਨਾ ਦੇਣ ਵਾਲੇ ਸ਼ਾਪਿੰਗ ਸੈਂਟਰਾਂ ਦੇ ਦੁਕਾਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਿਟੇਲ ਲੀਜ਼ ਨੂੰ ਖਤਮ ਨਾ ਕਰਨ। ਵਿਦੇਸ਼ਾਂ ਤੋਂ ਵਾਪਸ ਵਰਤ ਰਹੇ ਲੋਕਾਂ ਲਈ ਏਅਰਪੋਰਟ ਤੇ ਸਕਰੀਨਿੰਗ ਕੀਤੀ ਜਾ ਰਹੀ ਹੈ। ਅੱਜ ਪੰਜਾਬ ਵਿਚ ਸੂਬਾ ਸਰਕਾਰ ਵੱਲੋਂ ਲਾਏ ਗਏ ਕਰਫਿਊ ਦਾ 6ਵਾਂ ਦਿਨ ਹੈ ਅਤੇ ਦੇਸ਼ ਵਿਆਪੀ ਤਾਲਾਬੰਦੀ ਦਾ 4ਵਾਂ ਦਿਨ। ਇਸ ਕਾਰਨ ਰਾਜ ਦੇ ਵੱਖ ਵੱਖ ਸ਼ਹਿਰਾਂ ਦੀਆਂ ਸੜਕਾਂ ਤੇ ਚੁੱਪ ਛਾਈ ਹੋਈ ਹੈ। ਇੱਕਾ ਦੁੱਕਾ ਵਾਹਨ ਹੀ ਸੜਕਾਂ ਤੇ ਦਿਖਾਈ ਦਿੰਦਾ ਹੈ। ਸੜਕਾਂ ਤੇ ਜਾਂ ਤਾਂ ਪੁਲਿਸ ਜਾਂ ਲੋਕ ਸਨ ਜੋ ਜ਼ਰੂਰੀ ਸਮਾਨ ਲੈਣ ਲਈ ਬਾਹਰ ਆਏ ਸੀ। ਬੇਲੋੜ ਬਾਹਰ ਆਉਣ ਤੋਂ ਪਰਹੇਜ ਕਰ ਰਹੇ ਨੇ ਕਿਉਂਕਿ ਪੰਜਾਬ ਪੁਲਿਸ ਲੋਕਾਂ ਤੇ ਸਖਤੀ ਵੀ ਦਿਖਾ ਰਹੀ ਹੈ। ਪੰਜਾਬ ਵਿਚ ਮਾਰਚ ਦੇ ਮਹੀਨੇ ਵਿਚ ਲਗਭਗ 94,000 NRIs ਵਿਦੇਸ਼ ਯਾਤਰਾ ਕਰਕੇ ਵਾਪਸ ਪਰਤੇ ਨੇ। ਇਨ੍ਹਾਂ ਵਿਚੋਂ ਲਗਭਗ 30,000 ਲੋਕਾਂ ਦਾ ਪਤਾ ਲੱਗਿਆ ਹੈ। ਇਨ੍ਹਾਂ ਨੂੰ ਰਾਜ ਸਰਕਾਰ ਨੇ ਸਹਾਇਕਲਤਾ ਲਈ ਭੇਜਿਆ ਹੈ। ਇਸ ਦੇ ਨਾਲ ਹੀ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਰਾਜ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 38 ਤੱਕ ਪਹੁੰਚ ਗਈ ਹੈ। ਚੰਡੀਗੜ੍ਹ ਵਿਚ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਨੇ। ਉਸੇ ਸਮੇਂ ਨਵੇਂ ਸ਼ਹਿਰ ਵਿਚ 1 ਬਜ਼ੁਰਗ ਵਿਅਕਤੀ ਦੀ ਮੌਤ ਹੋਈ ਹੈ। ਚੰਡੀਗੜ੍ਹ ਚ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਸਮਾਨ ਉਪਲਬਧ ਕਰਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਥੋੜੀ ਰਾਹਤ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਰਾਸ਼ਨ, ਸਬਜ਼ੀਆਂ, ਫਲ ਅਤੇ ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਤੋਂ ਬਾਅਦ ਚੰਡੀਗੜ੍ਹ ਦੀਆਂ ਕਈ ਥਾਵਾਂ ਤੇ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਹਾਲਾਂਕਿ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਦੁਕਾਨਾਂ ਦੇ ਬਾਹਰ 1-1 ਮੀਟਰ ਦੇ ਨਿਸ਼ਾਨਦੇਹੀ ਕੀਤੀ ਗਈ ਹੈ ਤਾਂ ਜੋ ਲੋਕ ਸਮਾਨ ਖਰੀਦਦੇ ਸਮੇਂ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ।
ਏਅਰ ਇੰਡੀਆ ਦੀ ਵਰਤੋਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਕੀਤੀ ਜਾ ਰਹੀ ਹੈ ਤਾਂ ਕਿ ਸਰਕਾਰ ਦੇਸ਼ ਵਿੱਚ ਪੈਦਲ ਆਪਣੇ ਘਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਮਜ਼ਦੂਰਾਂ ਲਈ ਵੀ ਕੁਝ ਕਰ ਸਕਦੀ ਹੈ। ਇਹ ਕਹਿਣਾ ਹੈ ਪੰਜਾਬ ਤੋਂ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਦਾ, ਜਿਨ੍ਹਾਂ ਕੋਰੋਨਾ ਵਾਇਰਸ ਦੇ ਚਲਦੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਦੇਸ਼ 'ਚ ਵਾਪਸ ਲਿਆਉਣ ਦੇ ਫੈਸਲੇ ਤੇ ਕੇਂਦਰ ਸਰਕਾਰ ਤੇ ਤੰਜ ਕੱਸਿਆ। ਕਿਹਾ ਕਿ ਵਿਦੇਸ਼ਾਂ ਤੋਂ ਜਹਾਜ਼ ਰਾਹੀਂ ਲਿਆਏ ਜਾ ਰਹੇ ਜੋ ਲੋਕ ਹਨ ਉਹ ਵੀ ਆਪਣੇ ਨੇ ਤੇ ਜੋ ਪੈਦਲ ਆਪਣੇ ਘਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਆਪਣੇ ਨੇ। ਤੇ ਸ਼ੇਰਗਿੱਲ ਨੇ ਹੋਰ ਕੀ ਕਿਹਾ, ਲਓ ਤੁਸੀਂ ਵੀ ਸੁਣੋ। अगर विदेश में फंसे हिंदुस्तानियों को बचाने के लिए, घर वापस लाने के लिए एयर इंडिया जहाजों को भेजा जा सकता है, तो अपने ही देश में गरीब मजदूर अब सड़क पे चल रहा है अपने घर सुरक्षित पहुंचने के लिए, उनके लिए केंद्रीय सरकार क्यों नहीं कुछ? आज एक गरीब मजदूर 300 से 400 किलोमीटर चल रहा है अपना सामान उठाए ताकि वो घर सुरक्षित पहुँच जाए, क्योंकि देश में तालाबंदी। केंद्रीय सरकार को बसेस लगानी चाहिए, हवाई जहाज लगाने चाहिए ताकि ये मजदूर अपने घर सुरक्षित हो। कोरोना वायरस की आर्थिक मार से जो सबसे ज्यादा आज मजबूर है वो एक गरीब मजदूर है, आज उसे केंद्रीय सरकार की मदद की जरूरत है। तो जो हवाई जहाज से लाए गए, हवा से लाए गए, वो भी अपने लोग थे, और जो गरीब मजदूर आज सड़क पे चल रहा है और मदद की गुहार लगा रहा है वो भी अपने हैं, केंद्रीय सरकार को उनकी मदद करनी। Are you planning holidays? Searching for agency? Are you confused? Then here is a solution. Now you can book your railway ticket, bus ticket and airplane ticket with hotel booking just in 5 minutes. Immediately contact us on 947869502. You are watching NC7 News. To give advertisement for flash ad, video ad and paid stories on this channel, contact us on 9855858559.